ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਸਪਾਈ ਸੇਵਕ ਦੀਆਂ ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਸੀ ਜੀ 93, ਉਹਨਾਂ ਦੇ ਰੋਲ ਨੰਬਰ ਜਾਰੀ ਕਰਤੇ ਗਏ ਨੇ ਜੀ। ਦੋਸਤੋ, ਜਿਨ੍ਹਾਂ ਉਮੀਦਵਾਰਾਂ ਦੇ ਡਾਕੂਮੈਂਟਸ ਸਹੀ ਪਾਏ ਗਏ ਸੀ ਜੀ, ਉਹਨਾਂ ਨੂੰ ਡਾਕ ਦੁਆਰਾ, ਇੱਥੋਂ ਤੁਸੀਂ ਦੇਖ ਸਕਦੇ ਹੋ ਜੀ ਡਾਇਰੀ ਨੰਬਰ ਜਾਂ ਰੋਲ ਨੰਬਰ, ਇਹ ਤੁਹਾਡਾ ਰੋਲ ਨੰਬਰ ਹੋਵੇਗਾ, ਡਾਕ ਦੁਆਰਾ ਭੇਜਤੇ ਗਏ ਨੇ ਜੀ। ਔਰ ਕੁਛ ਜਿਨ੍ਹਾਂ ਦੇ ਗਲਤ ਪਾਏ ਗਏ ਸੀ ਜੀ, ਉਹਨਾਂ ਨੂੰ ਨਹੀਂ ਭੇਜੇ ਗਏ ਹੋਣਗੇ, ਜਾਂ ਕੁਛ ਤੁਹਾਨੂੰ ਅੱਜ ਮਿਲ ਜਾਣ ਸ਼ਾਇਦ, ਉਹ ਛੁੱਟੀਆਂ ਹੋ ਗਈਆਂ, ਛੁੱਟੀਆਂ ਕਰਕੇ ਵੀ ਡਾਕੀਆ ਨਹੀਂ ਆਏ, ਤੁਸੀਂ ਆਪਣੇ ਡਾਕੀਆ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ। ਇਹ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ 27/11/2021 ਵਿੱਚ। ਪੋਸਟਾਂ ਸੀ ਸਪਾਈ ਸੇਵਕ ਦੀਆਂ, ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜੀ, ਉਹਨਾਂ ਉਮੀਦਵਾਰਾਂ ਦਾ ਟੈਸਟ 20/3/2022 ਨੂੰ ਐਤਵਾਰ ਦੇ ਦਿਨ 11 ਵਜੇ ਲਿਆ ਜਾਵੇਗਾ। ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਜੀ। ਦੋਸਤੋ, ਇਹ ਸੀ ਛੋਟਾ ਜਿਹਾ ਅਪਡੇਟ, ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।